ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਆਲ ਅਬਾਊਟ ਬੋਲੀਵੁੱਡ ਦੇ ਵਿੱਚ, ਜਿਸ ਵਿੱਚ ਅਸੀਂ ਪੰਜਾਬੀ ਇੰਡਸਟਰੀ 'ਚ ਹੋ ਰਹੀਆਂ ਆਲ ਅਪਡੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਾਉਂਦੇ ਹਾਂ। ਚਾਹੇ ਉਹ ਪੰਜਾਬੀ ਇੰਡਸਟਰੀ ਸਟਾਰਸ ਦੀਆਂ ਫਿਲਮਾਂ ਹੋਣ ਜਾਂ ਆਉਣ ਵਾਲੇ ਗੀਤ। ਸੋ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਅਤੇ ਬੈੱਲ ਨੋਟੀਫਿਕੇਸ਼ਨ ਨੂੰ ਜ਼ਰੂਰ ਪ੍ਰੈਸ ਕਰਨਾ ਜੀ, ਜਿਸ ਨਾਲ ਸਾਡੀ ਆਉਣ ਵਾਲੀ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚ ਸਕੇ। ਅੱਜ ਦਾ ਟੌਪਿਕ ਹੈ ਅਰਮਾਨ ਬੇਦਿਲ ਬਾਰੇ, ਜਿਨ੍ਹਾਂ ਦੇ ਗੀਤ ਅਕਸਰ ਤੁਸੀਂ ਸੁਣਦੇ ਹੋਵੋਗੇ, ਅਤੇ ਉਹਨਾਂ ਨੇ ਕਾਫੀ ਰੋਮੈਂਟਿਕ ਅਤੇ ਕਾਫੀ ਸੈਡ ਗੀਤ ਵੀ ਕੱਢੇ ਹਨ। ਸੋ ਉਹਨਾਂ ਦਾ ਇੱਕ ਨਵਾਂ ਟਰੈਕ ਆ ਰਿਹਾ ਜੀ ਰੋਂਦਾ ਰੋਂਦਾ, ਜੋ ਲਿਖਿਆ ਗਿਆ ਹੈ ਵੀਤ ਬਲਜੀਤ ਦੁਆਰਾ, ਜੋ ਕਿ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਗਾਇਕ ਅਤੇ ਗੀਤਕਾਰ ਹਨ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਵੈਸਟਰਨ ਪੇਂਡੂਸ ਨੇ। ਇਸ ਗਾਣੇ ਦੀ ਵੀਡੀਓ ਬਣਾਈ ਗਈ ਹੈ ਆ ਟਰੂ ਮੇਕਰ ਫਿਲਮਸ ਅਤੇ ਉਹਨਾਂ ਦੀ ਟੀਮ ਦੇ ਦੁਆਰਾ। ਔਨਲਾਈਨ ਪ੍ਰਮੋਸ਼ਨ ਕੀਤਾ ਗਿਆ ਹੈ ਜੀ ਇਪ ਕ੍ਰੀਏਸ਼ਨ ਦੁਆਰਾ ਅਤੇ GK ਡਿਜੀਟਲ ਸਟੂਡੀਓ ਦੇ ਦੁਆਰਾ। ਇਸ ਗਾਣੇ ਨੂੰ ਰੀਪ੍ਰਜੈਂਟ ਕੀਤਾ ਹੈ ਜੀ ਸਪੀਡ ਰੈਕਰਡਸ ਐਂਡ ਬਚਨ ਬੇਦਿਲ ਅਤੇ ਉਹਨਾਂ ਦੀ ਟੀਮ ਨੇ। ਸੋ ਇਹ ਗਾਣਾ 16 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਿਹਾ ਜੀ। ਉਮੀਦ ਹੈ ਜਿਵੇਂ ਕਿ ਤੁਸੀਂ ਅਰਮਾਨ ਬੇਦਿਲ ਦੇ ਪੁਰਾਣੇ ਗੀਤਾਂ ਨੂੰ ਇੰਨਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ, ਇਸ ਗੀਤ ਨੂੰ ਵੀ ਉਨਾ ਹੀ ਜ਼ਿਆਦਾ ਪਿਆਰ ਦਊਂਗੇ। ਸੋ ਇਹਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਗੀਤ ਵੀ ਹਾਲੇ ਤੱਕ ਲੋਕਾਂ ਦੀ ਜ਼ੁਬਾਨ 'ਤੇ ਹੈ, ਜੋ ਕਿ ਇਹਨਾਂ ਨੇ ਅੱਜ ਕੱਲ੍ਹ ਦੇ ਲਵਰਸ ਲਈ ਬਣਾਇਆ ਸੀ, ਜਿਹਦਾ ਨਾਮ ਸੀ ਲਾਵਾਂ। ਅਤੇ ਕਹਿੰਦੀ ਗੁਰੂ ਘਰੇ ਲਾਵਾਂ ਲੈਣੀਆਂ, ਕੋਰਟ ਮੈਰਿਜ ਕਰਾ ਨਹੀਂ ਸਕਦੀ। ਸੋ ਉਸੇ ਤਰ੍ਹਾਂ ਇਸ ਗਾਣੇ ਨੂੰ ਵੀ ਉਨਾ ਹੀ ਪਿਆਰ ਦਊਂਗੇ। ਸੋ ਅੱਜ ਦਾ ਟੌਪਿਕ ਇੱਥੇ ਖਤਮ ਹੁੰਦਾ ਹੈ। ਸੋ